ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਪਲੀਜ਼ ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ, ਲਾਈਕ, ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਸੂਟਾਂ ਦਾ ਬਲੌਗ ਹੈ ਜਿਹੜਾ ਨਹੀਂ ਸ਼ੇਅਰ ਕਰਦੇ, ਤੁਹਾਡੇ ਨਾਲ ਕੁਛ ਕੁ ਗੱਲਾਂ ਨੇ ਜਿਹੜੀਆਂ ਸ਼ੇਅਰ ਕਰਨ ਵਾਲੀਆਂ ਨੇ। ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਤਾਂ ਕਿ ਜੋ ਤੁਹਾਨੂੰ ਸਾਰੀ ਆਪਣੀ ਗੱਲ ਬਾਰੇ ਪਤਾ ਲੱਗ ਜੇ। ਅੱਜ ਬਿਲਕੁਲ ਵੀ ਮਨ ਨਹੀਂ ਹੈਗਾ ਤੀ ਵੀਡੀਓ ਬਣਾਉਣ ਦਾ, ਕਿਉਂ ਕੋਈ ਟਾਈਮ ਹੀ ਇਹੋ ਜਿਹਾ ਹੁੰਦਾ ਹੈ ਨਾ ਵੀ ਆਪਾਂ ਸਮੇਂ ਦੇ ਹਿਸਾਬ ਨਾਲ ਉਹੀ ਕੰਮ ਕਰਨਾ ਪੈਂਦਾ ਜਿਹੜਾ ਵੀ ਟਾਈਮ ਹੋਵੇ। ਅੱਜ ਆਪਾਂ ਸੂਟਾਂ ਦਾ ਬਲੌਗ ਨਹੀਂ ਬਣਾਉਂਦੇ ਜੀ। ਜੋ ਵੀ ਮੈਂ ਤੁਹਾਨੂੰ ਗੱਲਬਾਤ ਦੱਸੂੰਗੀ ਬਹੁਤ ਧਿਆਨ ਦੇ ਨਾਲ ਸੁਣਨ ਵਾਲੀ ਹੈ ਜੀ। ਆਪਾਂ ਇਹੀ ਹੱਥ ਬੰਨਦੇ ਹਾਂ ਪਰਮਾਤਮਾ ਅੱਗੇ ਵੀ, ਜੋ ਵੀ ਪਰਮਾਤਮਾ ਨੂੰ ਇਹੀ ਹੱਥ ਬੰਨਦੇ ਹਾਂ ਪਰਮਾਤਮਾ ਅੱਗੇ ਵੀ ਜੋ ਅੱਜ ਅਣਹੋਣੀ ਘਟਨਾ ਹੋਈ ਹੈ ਆਪਣੀ ਰਿਸ਼ਤੇਦਾਰੀ ਦੇ ਵਿੱਚ, ਇਹੀ ਜੀ ਅਣਹੋਣੀ ਘਟਨਾ ਕਿਸੇ ਵੀ ਦੁਸ਼ਮਣ ਤੋਂ ਦੁਸ਼ਮਣ ਨਾਲ ਨਾ ਹੋਵੇ। ਬਹੁਤ ਦੁੱਖ ਦੀ ਗੱਲ ਹੈ ਜੀ। ਇਹ ਨਹੀਂ ਹੁੰਦਾ ਵੀ ਦੂਰ ਦੇ ਰਿਸ਼ਤੇਦਾਰ ਨੇ, ਜੇ ਆਪਣਾ ਮੋਹ ਪਿਆਰ ਹੋਵੇ ਤਾਂ ਉਹਦੇ ਵਿੱਚ ਦੂਰ ਨੇੜੇ ਨਹੀਂ ਵੇਖਿਆ ਜਾਂਦਾ ਹੁੰਦਾ। ਜੇ ਆਪਣਾ ਮੋਹ ਪਿਆਰ ਬਣਿਆ ਹੋਵੇ ਤਾਂ ਆਪਣਾ ਆਪਦੇ ਵਾਲਾ ਹੀ ਉਹ ਹੁੰਦਾ। ਬਾਕੀ ਦੁੱਖ ਹੁੰਦਾ ਜਿਹੜਾ ਹੈ ਨਾ ਹਰ ਇੱਕ ਦੇ ਲਈ, ਜਿਹੜਾ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਜਿਹੜਾ, ਆਪਾਂ ਉਹ ਤਾਂ ਟਾਈਮ ਵਿਚਾਰ ਕੇ ਅਤੇ ਦੇਖ ਕੇ ਰੱਖਾਂਗੇ, ਪਰ ਇਹ ਟਾਈਮ ਦਾ ਕੋਈ ਨਹੀਂ ਪਤਾ। ਪਰਮਾਤਮਾ ਨੂੰ ਪਤਾ ਹੁੰਦਾ, ਸਾਰਾ ਕੁਛ ਉਹਦੇ ਹੱਥ ਹੈ ਵੀ ਕਦੋਂ ਆਪਣੇ 'ਤੇ ਮਾੜਾ ਸਮਾਂ ਆ ਜੇ, ਹੈ ਨਾ, ਕਦੋਂ ਆਪਣੇ ਮੱਥੇ ਦੀ ਲਿਖੀ ਇੰਨੀ ਮਾੜੀ ਉਗੜਿਆ ਵੇ ਵੀ ਸਾਰਾ ਕੁਛ ਹੀ ਤਬਾਹ ਹੋ ਜੇ। ਤੁਹਾਨੂੰ ਮੈਂ ਇੱਕ ਡਿਟੇਲ ਦੇਊਂਗੀ ਜੀ ਇਹ ਗੱਲ ਦੀ। ਸਾਡੇ ਪਾਪਾ ਜੀ ਜਿਹੜੀ ਸੇਵ ਭਰਾ ਸੀ, ਤੁਹਾਨੂੰ ਪਤਾ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋ, ਉਹਨਾਂ ਦੀ ਮਾਸੀ ਜੀ ਦੀ ਕੁੜੀ ਹੈਗੀ ਕੋਈ ਸਾਹਿਬ, ਇਹ ਦੋ ਭੈਣਾਂ ਨੇ, ਉਹ ਦੋਨੋਂ ਉੱਥੇ ਬਹਿਆਂ ਨੇ। ਉਹਨਾਂ 'ਚੋਂ ਇੱਕ ਦੇ ਇੱਕ ਬੇਟਾ ਸੀ ਜੀ, ਦੋ ਇੱਕ ਦੇ ਦੋ ਬੇਟੇ ਸੀ। ਜਿਹੜੀ ਵੱਡੇ ਨੇਗੇ ਉਹ ਤਾਂ ਬਜ਼ੁਰਗ ਨੇ, ਮੰਜੇ 'ਤੇ ਬੈਠੇ ਨੇ, ਉਹ ਸਾਡੇ ਕੋਲ ਇੰਨਾ ਨਹੀਂ ਆਉਂਦੇ ਜਾਂਦੇ, ਹੈ ਨਾ। ਅਤੇ ਉਹਨਾਂ ਦੀ ਛੋਟੀ ਭੈਣ ਹੈ ਜਿਹੜੀ, ਉਹ ਮੰਨ ਲਓ ਵੀ ਸਾਡੇ ਹਰ ਇੱਕ ਦੁੱਖ ਸੁੱਖ 'ਚ, ਜਿਵੇਂ ਹੁਣ ਸਾਡੇ ਪਾਪਾ ਜੀ ਉਹਨਾਂ ਦੀ ਮਾਸੀ ਦੇ ਮੁੰਡੇ ਹੋ ਗਏ, ਹੁਣ ਸਾਨੂੰ ਆਪਾਂ ਦੇਖੋ ਜੀ ਆਪਦੇ 'ਤੇ ਲਾਓ ਗੱਲ ਵੀ ਸਾਨੂੰ ਆਪਦੀਆਂ ਮਾਸੀਆਂ ਦੇ ਮੁੰਡੇ ਕਿੰਨੀ ਕੁ ਦੂਰ ਲੱਗਦੇ ਨੇ ਆਪਦੇ ਭਰਾਵਾਂ ਨੂੰ ਵੀ ਜ਼ਿਆਦੇ ਨੇ, ਹੈ ਨਾ। ਵੀ ਉਦੋਂ ਚੱਲ ਹੁਣ ਕੋਈ ਵੱਖਰੀ ਗੱਲ ਹੈ ਵੀ ਉਹ ਬਜ਼ੁਰਗ ਹੋ ਗਏ, ਮੋਹ ਪਿਆਰ ਤਾਂ ਭੈਣ ਭਾਈਆਂ ਦਾ ਉਨਾ ਹੀ ਹੁੰਦਾ ਜੀ, ਆਪਾਂ ਸਮਝੀਏ ਜੀ। ਸਾਡਾ ਉਹਨਾਂ ਦੇ ਨਾਲ ਹੀ ਸਾਡਾ ਸਾਡੇ ਨਾਲ ਹੀ ਉਹਨਾਂ ਦਾ ਇੰਨਾ ਪਿਆਰ ਬਣ ਗਿਆ। ਦੇਖੋ ਉਹਨਾਂ ਦੇ ਆਉਣ ਜਾਣ ਨਾਲ ਉਹ ਇੰਨਾ ਮੋਹ ਪਿਆਰ ਕਰਦੇ ਸੀ। ਇਸ ਕਰਕੇ ਸਾਡਾ ਜਿਵੇਂ ਹੁਣ ਸਾਡੇ ਪਾਪਾ ਜੀ ਦੇ ਨਾਨਕੇ ਨੇ, ਉਹ ਉਹਨਾਂ ਦਾ ਨਾਨਕੇ ਹੈਗੇ, ਉਹਨਾਂ ਦੇ ਕਾਲੇ ਝਾੜ, ਸਾਡਾ ਉਹਨਾਂ ਨਾਲ ਵੀ ਉਨਾ ਹੀ ਪਿਆਰ ਆ। ਉਹ ਵਿਆਹ ਦੇ ਵਿੱਚ ਕੋਈ ਵੀ ਅਸੀਂ ਪ੍ਰੋਗਰਾਮ ਕਰਦੇ ਹਾਂ ਉਹਦੇ ਵਿੱਚ ਦੁੱਖ ਦੀ ਗੱਲ, ਦੁੱਖ ਦੇ ਵਿੱਚ ਤਾਂ ਉਹਨਾਂ ਨੇ ਆਉਣੀ ਆਉਣਾ, ਆਪਾਂ ਉਹਨਾਂ ਨੂੰ ਹਰ ਇੱਕ ਪ੍ਰੋਗਰਾਮ ਕਰਦੇ ਹਾਂ ਜਿਹੜਾ ਉੱਥੇ ਵੀ ਅਸੀਂ ਫਿਲਹਾਲ ਹਜੇ ਉਹਨਾਂ ਨੂੰ ਬੁਲਾਉਂਦੇ ਹਾਂ। ਇਹ ਨਹੀਂ ਹੈਗਾ ਵੀ ਆਪਾਂ ਉਹਨਾਂ ਤੋਂ ਵੀ ਆ ਸਾਡੇ ਪਾਪਾ ਜੀ, ਸਾਡੇ ਦਾਦੀ ਜੀ ਨਹੀਂ ਹੈਗੇ, ਦਾਦਾ ਜੀ ਨਹੀਂ ਹੈਗੇ ਵੀ ਆਪਾਂ ਉਹਨਾਂ ਨਾਲ ਵਰਤਣਾ ਸੜਤਾ, ਇਹ ਗੱਲ ਨਹੀਂ ਹੈਗੀ। ਅਸੀਂ ਉਹਨਾਂ ਨਾਲ ਵੀ ਸਾਡਾ ਉਨਾ ਹੀ ਪਿਆਰ ਆ, ਇਵੇਂ ਇਹਨਾਂ ਨਾਲ ਪਿਆਰ ਸੀ। ਪਰ ਪਾਪਾ ਜੀ ਦੀ ਭੈਣ ਹੋ ਗਈ, ਮਾਸੀ ਦੀ ਕੁੜੀ, ਇੰਨੀ ਜ਼ਿਆਦਾ ਵੀ ਘਰ ਦੇ ਮਾੜੇ ਹਾਲਾਤ ਹੋ ਗਏ, ਬਹੁਤ ਮਨ ਦੁਖੀ ਹੁੰਦਾ। ਉਹਨਾਂ ਦੇ ਇੱਕੋ ਹੀ ਬੇਟਾ ਸੀ, ਇੱਕ ਭੈਣ ਦੇ ਦੋ ਬੇਟੇ ਨੇ, ਇੱਕ ਦੇ ਇੱਕੋ ਹੀ ਸੀ। ਉਹਨਾਂ ਦਾ ਨਾ ਬੇਟਾ ਜਿਹੜਾ ਵਿਚਾਰਾ ਉਦੋਂ 7-8 ਸਾਲ ਦਾ ਸੀ ਜਦੋਂ ਉਹਦੇ ਡੈਡੀ ਦੀ ਡੈਥ ਹੋ ਗਈ ਸੀ, ਅਤੇ ਉਹਦੀ ਮੰਮੀ ਸੀ, ਉਹ ਇੱਕ ਇਕੱਲਾ ਹੀ ਬੇਟਾ ਸੀ, ਨਾ ਉਹਦੇ ਭੈਣ ਸੀ ਨਾ ਭਰਾ ਸੀ। ਜਦੋਂ ਉਹਦੇ ਡੈਡੀ ਦੀ ਡੈਥ ਹੋਈ, ਮੰਨ ਲਓ ਵੀ ਉਦੋਂ ਉਹ 7-8 ਸਾਲ ਦਾ ਸੀ, ਉਹਦੀ ਮੰਮੀ ਨੇ ਉਹਨੂੰ ਪਾਲ ਪੜੋਸ ਕੇ ਇੱਥੇ ਤੱਕ ਲਿਆਂਦਾ ਅਤੇ ਉਹਦਾ ਵਿਆਹ ਕਰਤਾ। 7-8 ਸਾਲ ਹੋ ਗਏ ਅਤੇ ਉਹ ਮੁੰਡੇ ਦਾ ਹੀ ਮੈਰਿਜ ਹੋਈ ਨੂੰ। ਉਹਨਾਂ ਦੀ 7-8 ਸਾਲ ਦੀ ਉਮਰ ਸੀਗੀ ਅਤੇ ਉਹਨਾਂ ਦੇ ਡੈਡੀ ਦੀ ਡੈਥ ਹੋ ਗਈ, ਤਾਂ ਉਹ ਉਹਨਾਂ ਦੀ ਮੰਮੀ ਨੇ ਉਹਨੂੰ ਪਾਲ ਕੇ ਇੱਥੇ ਤੱਕ ਲਿਆਂਦਾ। ਵਿਆਹ ਤਾਂ ਉਹ ਅੱਜ 26-27 ਸਾਲ ਦੀ ਏਜ ਸੀ ਉਹ ਮੁੰਡੇ ਦੀ, ਪਰ ਪਰਮਾਤਮਾ ਨੂੰ ਕੁਛ ਹੋਰ ਹੀ ਪਰਮਾਤਮਾ ਨੂੰ ਕੁਛ ਹੋਰ ਹੀ ਮਨਜ਼ੂਰ ਸੀ। ਆਪਾਂ ਜਿਹੜੇ ਸੁਪਨੇ ਦੇਖਦੇ ਹਾਂ ਜੀ, ਉਹ ਆਪਣੇ ਕਦੇ ਵੀ ਸੱਚ ਨਹੀਂ ਹੁੰਦੇ।
ਜੋ ਰੱਬ ਦਿਖਾਵੇ ਆਪਾਂ ਨੂੰ ਉਹੀ ਸਹੀ ਹੁੰਦੇ ਨੇ। ਉਹ ਨਾ ਹੁਣ ਕੰਮ ਤਾਂ ਉਹ ਡੇਲੀ ਕਰਦੇ ਸੀ, ਰੋਜ਼ ਉਹ ਗਾਈਆਂ ਦੀਆਂ ਧਾਰਾਂ ਕੱਢਦੇ ਸੀ ਮਸ਼ੀਨਾਂ ਨਾਲ ਲਾ ਕੇ, ਸ਼ਾਮ ਨੂੰ ਵੀ ਸਵੇਰੇ ਵੀ ਉਹ ਮਸ਼ੀਨਾਂ ਨਾਲ ਹੀ ਧਾਰ ਕੱਢਦੇ ਤੇ, ਜਿਵੇਂ ਹੁਣ ਆਪਾਂ ਤਾਂ ਇੱਕ ਦੋ ਡੰਗਰ ਨੇ ਹੱਥ ਨਾਲ ਕੱਢ ਲੈਂਦੇ ਹਾਂ, ਉਹ ਮਸ਼ੀਨਾਂ ਨਾਲ ਧਾਰ ਕੱਢਦੇ ਸੀ। ਉਹਦੀ ਮੈਰਿਜ ਹੋਈ ਨੂੰ ਹੋਵੇ ਸੀ ਬੇਟੇ ਦੀ, ਉਹ ਮੁੰਡੇ ਦੀ ਮੈਰਿਜ ਹੋਈ ਨੂੰ ਹੋਵੇ ਸੀ ਜੀ 8 ਸਾਲ, ਕੋਈ ਬੱਚਾ ਵੀ ਨਹੀਂ ਹੋਇਆ ਨਾ ਗੁੜੀਆ ਨਾ ਲੜਕਾ। ਚਲੋ ਉਹ ਤਾਂ ਪਰਮਾਤਮਾ ਦੀ ਦੇਣ ਹੈ ਜੀ, ਹਜੇ ਕਿਹੜਾ ਬੁੜੇ ਹੋ ਗਏ ਸੀ ਹੈ ਨਾ, ਸਾਰੇ 6-7 ਸਾਲ ਵਿਆਹ ਨੂੰ ਹੋਏ ਸੀ, ਐਡੀ ਗੱਲ ਨਹੀਂ ਹੈਗੀ, ਹੋ ਜਾਂਦਾ। ਬਾਕੀ ਜੇ ਬੱਚਾ ਨਹੀਂ ਵੀ ਹੁੰਦਾ ਅਗਲਾ ਗੋਦ ਲੈ ਲੈਂਦਾ ਜੀ, ਪਰ ਮੇਨ ਗੱਲ ਇਹ ਹੈ ਵੀ ਬੰਦੇ ਨੂੰ ਆਪ ਤੰਦਰੁਸਤ ਹੋਣਾ ਚਾਹੀਦਾ ਘਰ ਦੇ ਵਿੱਚ। ਉਹਦੇ ਸਿਰ 'ਤੇ ਸਾਰਾ ਘਰ ਚੱਲ ਰਿਹਾ ਸੀ, ਬਹੁਤ ਵਧੀਆ ਘਰ ਬਣਿਆ ਹੈ ਉਹਨਾਂ ਦਾ, ਕੋਠੀ ਬਣੀ ਹੋਈ ਹੈ ਵਧੀਆ, ਤਾਂ ਘਰੋਂ ਵੀ ਗੁੰਜਾਇਸ਼ ਵਾਲੇ ਸੀ, ਇਹ ਨਹੀਂ ਹੈਗਾ ਵੀ ਘਰੋਂ ਗਰੀਬ ਸੀਗੇ। ਵਿਚਾਰਾ ਸਵੇਰੇ ਉੱਠ ਕੇ ਉਹ ਮੱਝਾਂ ਨੂੰ ਉਹਨੇ ਕੱਖ ਕੰਡਾ ਕੀਤਾ, ਸਵੇਰੇ ਉੱਠ ਕੇ ਇੰਨੀ ਉਹਦੀ ਮੰਮੀ ਦੀ ਸੇਵਾ ਕਰਦਾ ਸੀਗਾ। ਉਹਦੀ ਮੰਮੀ ਵੀ ਸਾਰਾ ਦਿਨ ਗੁਰੂ ਘਰ, 2 ਘੰਟੇ ਸਵੇਰੇ 2 ਘੰਟੇ ਸ਼ਾਮ, ਵਧੀਆ ਉਹ ਯਾਨੀ ਕਿ ਗੁਰੂ ਘਰ ਦੇ ਲੜ ਲੱਗੇ ਹੋਏ ਸੀਗੇ। ਤਾਰ ਕੱਢਣ ਗਿਆ, ਪਤਾ ਨਹੀਂ ਕਿਵੇਂ ਉਹਦੀ ਹੋਣੀ ਨੇ ਉਹਨੂੰ ਘੇਰਿਆ, ਕੀ ਬਣਿਆ ਕੀ ਨਾ। ਜਦੋਂ ਉਹ ਤਾਰ ਕੱਢਣ ਲਈ ਮਸ਼ੀਨ ਲਾਉਣ ਲੱਗਿਆ, ਉਹਦਾ ਪਲੱਗ ਨਿਕਲ ਕੇ ਉਹਦੇ ਇੱਥੇ ਹੱਥ 'ਤੇ ਲੱਗਿਆ ਜੀ, ਉਹ ਮੁੰਡੇ ਨੂੰ ਕਰੰਟ ਲੱਗ ਗਿਆ, ਉਹਦੀ ਉਸੇ ਐਟ ਏ ਟਾਈਮ ਉੱਥੇ ਡੈਥ ਹੋ ਗਈ। ਪਤਾ ਕਿੰਨਾ ਔਖਾ ਲੱਗਦਾ, ਅੱਜ ਉਹਨਾਂ ਦੇ ਘਰ ਦੇ ਵਿੱਚ ਇੱਕੋ ਹੀ ਬੰਦਾ ਸੀਗਾ ਜਿਹਦੇ ਸਿਰ 'ਤੇ ਉਹ ਸੱਸ ਨੂੰ ਹਾਂ ਟਾਈਮ ਕੱਢ ਰਹੀਆਂ ਸੀ ਵਧੀਆ ਆਪਦੀ। ਚਲੋ ਮਾਂ ਤਾਂ ਮੰਮੀ ਨੇ ਉਹਦੀ ਨੇ ਵਧੀਆ ਜਿਹੜੀ ਖਿਆਈ ਕੱਢ ਲਈ, ਉਹ ਆਪਦੇ ਬੱਚੇ ਨਾਲ ਵਧੀਆ ਖੁਸ਼ ਸੀ ਨਾ, ਉਹ ਬੱਚੇ ਨੇ ਕੁਛ ਖਾਣਾ ਪੀਣਾ, ਸਾਰਾ ਕੰਮ ਕਣੀ ਧਿਆਨ ਉਹਦਾ ਖੇਤੋਂ, ਘਰੋਂ ਖੇਤ ਆ। ਪਿੰਡ ਹੈਗਾ ਜੀ ਉਹਨਾਂ ਦਾ ਸੰਗਰੂਰ ਲਵੇ ਕੋਈ ਸਾਹਿਬ, ਉੱਥੇ ਉਹਨਾਂ ਦਾ ਪਿੰਡ ਹੈ। ਜਿਹੜੇ ਵੀ ਲਵੇ ਲਾਉਣ ਵਾਲੇ ਨੇ ਜਾਂ ਉਹਨਾਂ ਦੇ ਰਿਸ਼ਤੇਦਾਰ ਨੇ ਆਪਣੀ ਵੀਡੀਓ ਦੇਖਣਗੇ, ਸਾਰਿਆਂ ਨੂੰ ਪਤਾ ਲੱਗ ਜੂਗਾ ਵੀ ਕਿੰਨਾ ਉੱਥੇ ਅੱਜ ਉੱਥੇ ਉਹਨਾਂ ਦੇ ਅਸੀਂ ਸੰਸਕਾਰ 'ਤੇ ਗਏ, ਇੱਕ ਪਿੰਡ ਦੇ 2 ਪਿੰਡ ਇਕੱਠੇ ਹੋ ਗਏ। ਪਿੰਡ ਦੇ ਵੀ ਸਾਨੂੰ ਜਿਹੜੇ ਬਜ਼ੁਰਗ ਸੀ ਉਹ ਦੱਸਦੇ ਸੀ ਵੀ ਸਾਡੇ ਪਿੰਡ 'ਚ ਜਿਹੜੀ ਬੁੜੀ ਨੂੰ ਨਹੀਂ ਪਤਾ ਲੱਗਿਆ ਉਹ ਤਾਂ ਗੁਰੂ ਘਰ ਵੱਗ ਗਈ। ਉਦੋਂ ਪਹਿਲਾਂ ਜਦੋਂ ਪਤਾ ਲੱਗ ਗਿਆ ਕੋਈ ਵੀ ਗੁਰੂ ਘਰ ਵੀ ਨਹੀਂ ਗਿਆ, ਜਿਵੇਂ ਕਹਿੰਦੇ ਨੇ ਪਿੰਡ 'ਚ ਤਵੇ ਬੰਦ ਹੋ ਗਏ, ਉਹ ਕੰਮ ਹੋ ਗਿਆ ਜੀ। ਅੱਜ ਉਹਨਾਂ ਦਾ ਘਰ ਹੈ ਜਿਹੜਾ ਜਮਾਂ ਉੱਜੜ ਗਿਆ। ਪਤਾ ਕੀ ਇਹ ਬੰਦਿਆਂ ਦੇ ਨਾਲ ਹੀ ਹੁੰਦਾ ਜੀ ਸਾਰਾ ਕੁਝ, ਜੇ ਉਹਨਾਂ ਦਾ ਇੱਕ ਬੱਚਾ ਹੁੰਦਾ ਫਿਰ ਵੀ ਉਹਨਾਂ ਨੂੰ ਥੋੜ੍ਹਾ ਮੋਟਾ ਐਂ ਹੋ ਜਾਂਦਾ, ਜਿਵੇਂ ਹੁਣ ਉਹਨੇ ਵਿਚਾਰੀ ਨੇ ਆਪਦਾ 7 ਸਾਲ ਦਾ ਬੱਚਾ ਸੀ ਇੱਥੇ ਤੱਕ ਲਿਆਂਦਾ ਪਾਲ ਲਿਆ, ਹੁਣ ਇਹਨਾਂ ਦਾ ਤਾਂ ਵਿਚਾਰਿਆਂ ਦਾ ਕੋਈ ਸਹਾਰਾ ਵੀ ਨਹੀਂ ਰਿਹਾ, ਕੀ ਕਰਨਗੇ। ਬਹੁਤ ਬੁਰਾ ਹਾਲ ਹੈ, ਬਹੁਤ ਮਨ ਦੁਖੀ ਹੁੰਦਾ ਇਹ ਚੀਜ਼ਾਂ ਨੂੰ ਦੇਖ ਕੇ ਵੀ ਪਰਮਾਤਮਾ ਇੱਦੂ ਤਾਂ ਤੂੰ ਉਹਦੀ ਨਾ ਨਿੰਦਾ ਹੈ ਨਾ, ਅੱਜ ਉਹ ਵਿਚਾਰੀ ਮਾਂ ਕਿਵੇਂ ਵਿਲਕਦੀ ਹੈ, ਉਹਦੇ ਘਰ ਵਾਲੀ ਦੀ ਜ਼ਿੰਦਗੀ ਦੇਖੋ, 20-25 ਸਾਲ ਦੀ ਏਜ ਉਹਦੀ ਘਰ ਵਾਲੀ ਵਾਈਫ ਦੀ ਹੈ ਉਹਦੀ, ਅਤੇ 25-26 ਸਾਲ ਦਾ ਆਪ ਸੀਗਾ, ਕੀ ਕਰਨਗੇ ਉਹਨਾਂ ਦੇ, ਧੀ ਦਾ ਪਰਿਵਾਰ ਕਰੂ ਕੀ, ਪੁੱਤ ਦਾ ਤਾਂ ਪਰਿਵਾਰ ਹੀ ਕੀ ਹੈ, ਇੱਕ ਇਕੱਲੀ ਮਾਂ ਰਹੇਗੀ ਜੀ। ਉਹ ਵਿਚਾਰੀ ਰੋ ਰੋ ਮਰ ਜੂਗੀ, 20 ਦਿਨ ਹੋਏ ਨੇ ਜੀ ਉਹਦੇ ਅੱਖਾਂ ਦੇ ਵਿੱਚ ਲੈਂਚ ਪਵਾਇਆ, ਉਹਦਾ ਅੱਖਾਂ ਦਾ ਆਪਰੇਸ਼ਨ ਹੋਇਆਗਾ, ਕਿੰਨੀ ਮੁਸ਼ਕਲ ਦੀ ਗੱਲ ਹੈ ਹੈ ਨਾ, ਉਹ ਕਿਵੇਂ, ਬਹੁਤ ਬੁਰਾ ਹਾਲ ਹੈ ਜੀ ਉੱਥੇ, ਖੜਿਆ ਨਹੀਂ ਜਾਂਦਾ, ਕਿਵੇਂ ਉਹ ਘਰ ਦੇ ਵਿੱਚ ਰਹਿਣਗੇ, ਕੀ ਬਣੂਗਾ। ਪਰਮਾਤਮਾ ਇਹੋ ਜਿਹਾ ਟਾਈਮ ਮਾੜੇ ਤੋਂ ਮਾੜੇ ਵੀ ਕਿਸੇ ਵੀ ਦੂਸਰੇ, ਚਾਹੇ ਅਗਲਾ ਕਿੰਨਾ ਵੀ ਬੁਰਾ ਕਰਦਾ ਉਹ 'ਤੇ ਵੀ ਨਾ ਲਿਆ ਵੀ ਇਹੋ ਜਿਹਾ ਟਾਈਮ ਤਾਂ, ਸਾਰੇ ਆਪਦੇ ਘਰ ਦੇ ਵਿੱਚ ਖੁਸ਼ੀ ਰਹਿਣ, ਆਪਦੇ ਘਰ ਦੇ ਵਿੱਚ ਵਧੀਆ ਮੌਜਾਂ ਮਾਨਣ, ਆਪਦੇ ਬੱਚਿਆਂ ਦੇ ਵਿੱਚ ਇਹੀ ਵਧੀਆ ਗੱਲ ਹੈ ਜੀ। ਪਰ ਪਰਮਾਤਮਾ ਨੂੰ ਕੁਛ ਹੋਰ ਮਨਜ਼ੂਰ ਹੁੰਦਾ ਜੀ, ਆਪਾਂ ਨੂੰ ਕੁਛ ਹੋਰ ਮਨਜ਼ੂਰ ਹੁੰਦਾ ਹੈ ਨਾ। ਦੇਖ ਕੇ ਬਹੁਤ ਜ਼ਿਆਦਾ ਸਵੇਰੇ ਸੁਣਨ ਸਾਰ ਮਨ ਬਹੁਤ ਖਰਾਬ ਹੋਇਆ, ਹੁਣ ਸਿਰ ਫਟ ਰਿਹਾ ਮੇਰਾ ਜਾਂ ਇੱਕਦਮ। ਪਤਾ ਜਦੋਂ ਆਪਾਂ ਨੂੰ ਕੋਈ ਇਹੋ ਜਿਹੇ ਸ਼ੋਟ ਪਹਿਲਾਂ ਵੀ ਲੱਗੇ ਹੁਣ ਫਿਰ ਇੱਕਦਮ ਆਪਾਂ ਨੂੰ ਅਚਾਨਕ ਉਹ ਹੋ ਜਾਂਦਾ। ਮੈਂ ਸਵੇਰੇ ਜਾਂਦੀ ਹੋਈ ਵੀ ਦਵਾਈ ਲੈ ਕੇ ਗਈ ਹਾਂ, ਜਦੋਂ ਮੈਂ BP ਚੈੱਕ ਕਰਾਇਆ ਮੇਰਾ BP ਕਦੇ ਵੀ ਨਹੀਂ ਵਧਿਆ ਸੀ, ਕਦੇ ਵੀ ਮੇਰਾ BP ਹਰ ਟਾਈਮ ਲੋਅ ਹੀ ਰਹਿੰਦਾ ਸੀ। ਅੱਜ ਮੈਂ ਸੁਨਾਮ ਡਾਕਟਰ ਦੇ BP ਚੈੱਕ ਕਰਾਇਆ, ਮੇਰਾ BP ਉੱਥੇ ਵਧਿਆ ਆਇਆ,
ਮੈਨੂੰ ਪਤਾ ਲੱਗ ਰਿਹਾ ਸੀ ਮੇਰੇ ਸਿਰ ਨੂੰ ਘਮੇਰ ਚੜ੍ਹ ਰਹੀ ਹੈ। ਪਤਾ ਕੀ ਹੈ ਜੀ, ਇਹੋ ਜਿਹੀਆਂ ਚਾਣਚੱਕ ਆਪਾਂ ਹੋਣੀਆਂ ਘਟਨਾ ਸੁਣ ਕੇ ਬਹੁਤ ਜ਼ਿਆਦਾ ਸੌਟ ਲੱਗਦਾ ਆਪਦੇ ਮਨ ਨੂੰ। ਅਰੇ ਮਨ ਦੁਖੀ ਹੈ ਜੀ, ਨਾ ਕਿਸੇ ਕੰਮ ਨੂੰ ਜੀ ਕਰਦਾ, ਬੁਰਾ ਹਾਲ ਹੈ। ਅੱਜ ਉਹਨਾਂ ਲਈ ਵੀ ਬਹੁਤ ਔਖਾ ਜੀ ਦੀ, ਹੈ ਨਾ, ਭੈਣ ਦਾ ਧੀ ਦਾ ਘਰ ਉੱਜੜ ਗਿਆ, ਕੋਈ ਬੱਚਾ ਨਹੀਂ ਅੱਗੇ, ਕੁਛ ਨਹੀਂ ਹੈਗਾ, ਕੀ ਕਰੂਗਾ ਕੋਈ। ਉਹ ਮਾਂ ਨੂੰ ਵੀ ਔਖਾ ਹੈ ਜਿਹਨੇ ਪਾਲ ਪਲੋਸ ਕੇ ਐਡਾ ਕਰਿਆ, ਅੱਜ ਉਹਦੇ ਵਿੱਚ ਕੁਛ ਵੀ ਨਹੀਂ ਰਿਹਾ ਦੇਖਣ ਨੂੰ, ਉਹ ਵੀ ਕੀ ਕਰੂਗੀ, ਹੈ ਨਾ। ਜਿੱਥੇ ਜਿੱਥੇ ਆਪਣਾ ਖੂਨ ਦਾ ਰਿਸ਼ਤਾ ਆਉਂਦਾ, ਮਨ ਦੁਖੀ ਬਹੁਤ ਹੁੰਦਾ। ਪਰ ਕੀ ਕਰਿਆ ਜਾਵੇ ਜੀ, ਪਰਮਾਤਮਾ ਨੇ ਜਿਹੜਾ ਟਾਈਮ ਪਾਤਾ, ਔਖਾ ਸੌਖਾ ਹੀ ਕੱਢਣਾ ਹੀ ਪੈਣਾ, ਕੋਈ ਹੱਲ ਨਹੀਂ ਬਣ ਸਕਦਾ ਇਹਦਾ। ਮੇਰੇ ਅੱਜ ਇਹ ਮਨ ਲੱਗੀ ਗੱਲ ਵੀ, ਸਾਡੇ ਮਾਮਾ ਜੀ ਦਾ ਬੇਟਾ ਸੀ ਇਕੱਲਾ ਹੀ, ਪਰ ਉਹਨਾਂ ਦੀ ਬੇਟੀ ਤਾਂ ਹੈਗੀ ਹੈ ਨਾ, ਉਹਦਾ ਵੀ ਹੁਣ ਪਤਾ ਆਪਾਂ ਕਹਿ ਦਿੰਦੇ ਜੀ ਮੁੰਡਿਆਂ ਨਾਲ ਹੀ ਵੰਸ ਵੱਧਦਾ, ਹੁਣ ਕਹਾਵਤ ਇਹੀ ਹੈ ਸਿਆਣਿਆਂ ਦੀ। ਪਰ ਉਹਨਾਂ ਦੀ ਬੇਟੀ ਹੈਗੀ ਹੈ, ਫਿਰ ਵੀ ਉਹਨਾਂ ਦਾ ਮਨ ਪਰਚਾਵਾ ਹੈਗਾ। ਪਰ ਇੰਨਾ ਕਣੀ ਦੇਖ ਕੇ ਅੱਜ ਬਹੁਤ ਦੁੱਖ ਲੱਗ ਰਿਹਾ ਵੀ ਇਹ ਸੱਸ ਨੂੰਹਾਂ ਰਹਿ ਗਈਆਂ ਇਕੱਲੀਆਂ, ਹੁਣ ਕੀ ਕਰਨਗੀਆਂ, ਨੂੰਹ ਦੇ ਵੀ ਨਹੀਂ ਬੱਚਾ ਹੈਗਾ ਕੋਈ। ਟਾਈਮ ਕੱਲ ਜੂਗਾ ਇਹੋ ਜਿਹਾ ਵੀ ਆਪਾਂ ਕੁਛ ਨਹੀਂ ਕਹਿ ਸਕਦੇ, ਹੈ ਨਾ। ਉਹਨੂੰ ਵਿਚਾਰੀ ਨੂੰ ਉਹਨੂੰ ਵੀ ਕੀ ਕਹਾਂਗੇ ਜੀ, ਉਹਦੀ ਜ਼ਿੰਦਗੀ ਸਾਰੀ ਪਈ ਹੈ, ਟਾਈਮ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਜੀ ਆਪਾਂ ਨੂੰ। ਆਪਾਂ 2 ਘੰਟੇ ਬੰਦਾ ਲੇਟ ਹੋ ਜੇ ਤਾਂ ਐਂ ਅੱਜ ਵੀ ਲੱਗ ਜਾਂਦੇ ਵੀ ਕਿਉਂ ਨਹੀਂ ਆਏ, ਕਿਉਂ ਨਹੀਂ ਆਏ। ਅੱਜ ਉਹਨਾਂ ਨੂੰ ਸਾਰਾ ਕੁਛ ਪਤਾ ਲੱਗ ਗਿਆ, ਅੱਖੀਂ ਦੇਖ ਲਿਆ, ਐਡਾ 6 ਫੁੱਟ ਦਾ ਜਵਾਨ 5 ਮਿੰਟ 'ਚ, ਹੈ ਨਾ। ਇਹ ਕਿਹੋ ਜਿਹੀ ਚੀਜ਼ ਹੈ ਜਿਹੜੀ 1 ਮਿੰਟ 'ਚ ਬੰਦੇ ਦੀ ਜਾਨ ਹੈ ਜਿਹੜੀ ਐਡੀ ਵੱਡੀ ਖਪਾਤੀ ਉਹਨੇ। ਬਹੁਤ ਮਨ ਦੁਖੀ ਹੁੰਦਾ ਇਹ ਚੀਜ਼ਾਂ ਸੋਚ ਕੇ, ਮੇਰੀ ਮੇਰੀ ਕਰੀ ਜਾਂਦੇ ਹਾਂ ਜੀ। 1 ਮਿੰਟ ਦਾ ਭਰੋਸਾ ਨਹੀਂ ਹੈਗਾ, ਆਪਾਂ ਸਾਰਾ ਦਿਨ ਬਿਜਲੀ ਨਾਲ ਕੰਮ ਕਰਦੇ ਹਾਂ, ਕਦੋਂ ਵੀ ਕੁਛ ਹੋ ਸਕਦਾ, ਹੈ ਨਾ। ਊਂ ਲੜੋ ਲੜਾਈਆਂ ਕਰੀ ਜਾਂਦੇ, ਕੁਛ ਨਹੀਂ ਹੈਗਾ ਇੱਥੇ। ਜਿਹੜੇ 2 ਪਲ ਹੱਸ ਕੇ ਲੰਘ ਗਏ ਉਹੀ ਵਧੀਆ ਨੇ, ਕੀ ਪਤਾ ਕਦੋਂ ਕਿਹੋ ਜਿਹਾ ਟਾਈਮ ਆ ਜੇ। ਮੇਰਾ ਬਹੁਤ ਮਨ ਦੁਖੀ ਹੈ ਜੀ ਅੱਜ। ਜੇ ਕਿਸੇ ਦਾ ਜੇ ਕੋਈ ਦੁੱਖ ਮੰਨੇ ਤਾਂ ਇਹ ਦੁੱਖ ਬਹੁਤ ਮੰਨਣ ਯੋਗ ਹੈ ਜੀ। ਜੇ ਕਿਸੇ ਨੇ ਮੰਨਣਾ ਹੀ ਨਹੀਂ, ਬਸ ਆਇਆ ਵੀ ਮੈਂ ਜਿਉਂਦਾ ਅੱਜ ਹੈਗਾ, ਮੈਨੂੰ ਕਿਸੇ ਦੀ ਲੋੜ ਨਹੀਂ, ਉਹਦੇ ਲਈ ਕੁਛ ਨਹੀਂ। ਪਰ ਜਿਹਨੂੰ ਇਹ ਦੁੱਖ ਲੱਗ ਗਏ ਜੀ, ਉਹਨਾਂ ਦਾ ਬੁਰਾ ਹਾਲ ਹੈ, ਜਿਹਦੇ ਨਾਲ ਇਹੋ ਜਿਹੀਆਂ ਹੋਣੀਆਂ ਘਟਨਾ ਵਾਪਰ ਗਈਆਂ, ਉਹਨਾਂ ਨੂੰ ਸੋਚ ਕੇ ਪਰ ਉਹਨਾਂ ਕਣੀ ਦੇਖ ਕੇ ਐਂ ਲੱਗਦਾ ਵੀ ਆਪਾਂ ਵੀ ਇਹ ਟਾਈਮ 'ਚੋਂ ਕਦੇ ਗੁਜ਼ਰੇ ਸੀ, ਹੈ ਨਾ। ਅੱਜ ਉਹ ਟਾਈਮ ਆਪਣੇ ਵਾਲਾ, ਉਹਨਾਂ 'ਤੇ ਇਹ ਚੀਜ਼ ਦੇਖ ਕੇ ਬਹੁਤ ਮਨ ਦੁਖੀ ਹੁੰਦਾ। ਚਲੋ ਜੀ, ਬਸ ਮੈਂ ਤੋਂ ਹੋਰ ਗੱਲ ਨਹੀਂ ਹੋ ਰਹੀ ਅੱਜ ਵਾਲੀ ਵੀਡੀਓ ਦਾ ਐਂਡ, ਇੱਥੇ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਜਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।